ਸਤਿ ਸ਼੍ਰੀ ਅਕਾਲ ਜੀ ਟਵਾਣਾ ਜੀ, ਮੈਂ ਸਤਨਾਮ ਸਿੰਘ, ਪਿੰਡ ਕਿਲੀਵਾੜਾ ਜਿਹੜਾ ਮਖੂ ਵਾਲੀ ਮੇਨ ਰੋਡ ਦੇ ਉੱਤੇ ਆ, ਉੱਥੇ ਪਾਣੀ ਦੇ ਹਾਲਾਤ ਨੇ। ਇਹ ਬਾਬੇ ਕੇ ਸੀਨੀਅਰ ਸੈਕੰਡਰੀ ਕਾਲਜ ਦੇ ਲਾਗੇ ਪਾਣੀ ਬਹੁਤ ਸਪੀਡ ਵਿੱਚ ਜਾ ਰਿਹਾ ਇੱਧਰੋਂ, ਇੱਧਰ ਨੀਵੇਂ ਪਿੰਡਾਂ ਵੱਲ ਨੂੰ। ਇੱਧਰ ਪਿੰਡ ਕੁਛ ਪਿੰਡ ਨੇ ਜਿਹੜੇ ਕਿਲੀਵਾੜਾ ਪਿੰਡ ਆ, ਥੱਲੇ ਰਾਮੇ ਪਿੰਡ ਅਤੇ ਹੋਰ ਕਾਫੀ ਇੱਧਰ ਪਿੰਡ ਨੇ, ਇੱਧਰ ਨੂੰ ਪਾਣੀ ਜਾ ਰਿਹਾ ਨੇ। ਸਪੀਡ ਪਾਣੀ ਦੀ ਬਹੁਤ ਜ਼ਿਆਦਾ ਹੈ, ਲੇਕਿਨ ਥੋੜ੍ਹਾ ਜਿਹਾ ਪਾਣੀ ਘਟਿਆ ਕਹਿੰਦੇ ਅੱਗੇ ਨਾਲੋਂ। ਅਤੇ ਇਹ ਹਾਲਾਤ ਨੇ ਜੀ ਇੱਥੇ। ਇਹ ਸਾਹਮਣੇ ਸ਼ਾਇਦ ਖੰਭੇ ਦਿਸਦੇ ਹੋਣਗੇ ਦੋ, ਇਹਨਾਂ ਦੇ ਵਿੱਚ ਪਰਲੇ ਬੰਨੇ ਲਾਈਨ ਆ ਇੱਥੇ, ਰੇਲਵੇ ਲਾਈਨ ਜਿਹੜੀ ਕਿ ਬਿਲਕੁਲ ਡੁੱਬ ਚੁੱਕੀ ਹੈ ਪਾਣੀ ਦੇ ਵਿੱਚ, ਅਤੇ ਪਾਣੀ ਦਾ ਪੱਧਰ ਕਾਫੀ ਉੱਚਾ ਆ, ਜਿਸ ਕਾਰਨ ਕੋਈ ਫਸਲ ਨਹੀਂ ਦਿਸਦੀ, ਸਿਰਫ ਥੋੜ੍ਹੇ ਜਿਹਾ ਪੱਠੇ ਦਿਸਦੇ ਇੱਥੇ ਪਏ। ਸ਼ਾਇਦ ਉਹ ਕੈਮਰੇ ਦੀ ਅੱਖ ਨਾਲ ਨਾ ਦਿਸਦੇ ਹੋਣ, ਲੇਕਿਨ ਝੋਨੇ ਦੀ ਫਸਲ ਦੂਰ ਦੂਰ ਤੱਕ ਨਹੀਂ ਦਿਖਾਈ ਦਿੰਦੀ। ਇਹ ਹੈ ਮੌਜੂਦਾ ਹਾਲਾਤ ਇੱਥੋਂ ਦੇ। ਇੱਥੇ ਖੋਰਾ ਲੱਗਾ ਹੋਇਆ ਵਾ, ਅਤੇ ਇਹ ਨਵੀਂ ਪੁਲੀ ਬਣੀ ਆ, ਰੁੜ ਰਹੀ ਹੈ ਵੀ। ਇੱਧਰ ਕੁਛ ਲੇਬਰ ਲੱਗੀ ਆ ਜਿਹੜੇ ਬੋਰੇ ਭਰ ਰਹੇ ਆ, ਕੁਛ ਵਿਭਾਗ ਦੇ ਲੋਕ ਵੀ ਇੱਥੇ ਆਏ ਹੋਏ ਨੇ, ਅਤੇ ਬਾਕੀ ਤੁਹਾਨੂੰ ਦੱਸਦੇ ਹਾਂ ਅਗਲਾ ਵੇਰਵਾ ਜਿਹੜਾ ਹੋਊਗਾ।